ਅਰੂਦ ਦੇ ਸਾਹਬੀ ਹਜ਼ਰਤ ਫਾਰੂਕ ਆਜ਼ਮ ਹੋਣ ਮੁਰਾਦ ਰਸੂਲ ਅਮਰ ਇਬਨੇ ਖਤਾਬ ਅਜ਼ਕਤ ਯਾ ਅੱਲਾ ਮੁਝੇ ਆਪਸੇ ਬੜੀ ਮੁਹੱਬਤ ਹੈ ਬੜਾ ਪਿਆਰ ਹੈ ਬੜਾ ਇਸ਼ਕ ਹੈ ਲੇਕਿਨ ਆਪਣੀ ਜਾਨ ਕੋ ਛੋੜ ਕੇ ਯਾਨੀ ਆਪਣੀ ਜਾਨ ਕੇ ਸਿਵਾ ਮੇਰੇ ਆਕਾ ਨੇ ਫਰਮਾਇਆ ਉਮਰ ਤੇਰਾ ਇਮਾਨ ਅਭੀ ਮੁਕੰਮਲ ਹੀ ਨਹੀਂ ਹੁਆ ਹਜ਼ੂਰ ਫਿਰ ਕੈਸੇ ਇਮਾਨ ਮੁਕੰਮਲ ਹੋਗਾ ਮੇਰੇ ਆਕਾ ਨੇ ਫਰਮਾਇਆ ਕਿ ਮੈਂ ਤੁਮੇ ਜਬ ਆਪਣੀ ਜਾਨ ਸੇ ਵੀ ਜ਼ਿਆਦਾ ਮਹਬੂਬ ਹੋ ਜਾਊਂਗਾ ਫਿਰ ਤੇਰਾ ਇਮਾਨ ਤੇ ਤੂੰ ਮੈਂ ਫਿਰ ਕਿਸ ਬਾਗ ਦੀ ਮੂਲੀ ਆ ਤੂੰ ਮੈਂ ਫਿਰ ਸਮਝੀਏ ਹਜ਼ੂਰ ਦੀ ਨਾਮੂਸ ਦੀ ਗੱਲ ਆਵੇ ਹਜ਼ੂਰ ਦੀ ਇੱਜ਼ਤ ਦੀ ਗੱਲ ਆਵੇ ਤੇ ਫਿਰ ਅਸੀਂ ਖਾਮੋਸ਼ ਆਪਣੇ ਹੁਜਰਾ ਤੇ ਬਹਿ ਜਾਵੀਏ ਆਪਣੀ ਗੱਦੀਆਂ ਤੇ ਬਹਿ ਜਾਵੀਏ ਖੁਦਾ ਦੀ ਇੱਜ਼ਤ ਦੀ ਕਸਮ ਹੈ ਇਸ ਹਮਾਰੀ ਖਾਨਕਾਹ ਕੀ ਦੀ ਹੈ ਰਸੂਲ ਅੱਲਾਹ ਕੀ ਵਜ੍ਹਾ ਸੇ ਰੋਸ਼ਨ ਹੈ ਯਾਰ ਗੱਲ ਹੈ جب حرف تیری ذات پہ آئے پہ تو روڈ بھی بنا کر دیے جاتے ہیں پہ تو سندھ ہاؤس میں جا کے تالا بھی بول دیا جاتا ہے پھر تو عمران کہتا ہے کہ تو میرے بندو کی نشست پہ ہے لیکن جب بات رسول اللہ کی آئی تھی جب حرف حضور کی